ਸਰ ਕੀ ਨਾਂ ਤੁਹਾਡਾ ਜੀ? ਗੁਰਦੀਪ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ। ਸਰ ਅੱਜ ਕਤਲ ਹੋਇਆ ਹੈ ਮੇਜਰ ਸਿੰਘ ਧਾਲੀਵਾਲ ਦਾ, ਤੁਸੀਂ ਆਇਓ ਕੀ ਕਹਿਣਾ ਚਾਹੋਗੇ? ਵੀਰ ਜੀ, ਸਾਡਾ ਵੱਡਾ ਭਰਾ ਸੀ ਚੇਅਰਮੈਨ ਸਰਦਾਰ ਮੇਜਰ ਸਿੰਘ ਧਾਲੀਵਾਲ, ਇਹ ਮਾਰਕੀਟ ਕਮੇਟੀ ਦੇ ਚੇਅਰਮੈਨ ਸੀ। ਬਹੁਤ ਹੀ ਵਧੀਆ ਅਤੇ ਸੂਝਵਾਨ ਅਤੇ ਮਤਲਬ ਆਪਣੇ ਸੁਭਾਅ ਦੇ ਬੰਦੇ ਸੀ। ਕਦੀ ਕਿਸੇ ਨਾਲ ਇਹਨਾਂ ਦਾ ਕੋਈ ਝਗੜਾ ਨਹੀਂ ਹੋਇਆ, ਕਦੀ ਤਕਰਾਰ ਨਹੀਂ ਹੋਇਆ, ਪ੍ਰੇਮ ਪਿਆਰ ਨਾਲ ਸਾਰਿਆਂ ਦਾ ਰਹਿੰਦੇ ਸੀ। ਅਤੇ ਸਾਡਾ ਸਾਰਾ ਪਿੰਡ ਇੱਥੇ ਹਾਜ਼ਰ ਆ, ਭੈਣਾਂ ਸਾਡੀਆਂ ਉਹਨਾਂ ਦੇ ਘਰੋਂ, ਭੈਣ ਸਾਡੀ ਉਹ ਹਾਜ਼ਰ ਆ, ਸਾਰਾ ਪਰਿਵਾਰ ਸਾਡਾ ਹਾਜ਼ਰ ਆ। ਪਤਾ ਲੱਗਾ ਸਰ ਕੀ ਕਾਰਨ ਹੋਇਆ ਗੋਲੀ ਮਾਰਨ ਦਾ ਜੀ? ਕੋਈ ਨਹੀਂ ਜਲਦੀ ਪਤਾ ਲੱਗਾ। ਆਪਣੇ ਰਿਜੋਰਟ 'ਚ ਬੈਠੇ ਜਦੋਂ ਗੋਲੀਆਂ ਮਾਰੀਆਂ ਗਈਆਂ? ਰਿਜੋਰਟ 'ਚ ਬੈਠੇ। ਕੀ ਮੰਗ ਕਰਦੇ ਹੋ ਤੁਸੀਂ? ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿੰਨੀ ਸਖ਼ਤ ਹੋ ਸਕੇ। ਉਹਨੂੰ ਫਾਹੇ ਲੱਗਣਾ ਚਾਹੀਦਾ ਜਿਹੜਾ ਵੀ ਬੰਦਾ, ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ ਉਹਦਾ। ਮੁਫਤੀ ਸਾਹਿਬ, ਅੱਜ ਕਤਲ ਹੋਇਆ ਜੀ ਮਾਰਕੀਟ ਕਮੇਟੀ ਦੇ, ਕੀ ਕਹਿਣਾ ਚਾਹੁੰਦੇ ਤੁਸੀਂ ਮੌਕੇ 'ਤੇ ਪਹੁੰਚੇ ਹੋ? ਮੇਜਰ ਸਿੰਘ ਸਾਬਕਾ ਚੇਅਰਮੈਨ ਨੇ, ਇਹਨਾਂ ਦਾ ਆਪਣਾ ਪੈਲਸ ਹੈ। ਇਹ ਆਪਣੇ ਪੈਲਸ ਦੇ ਵਿੱਚ ਜਿਹੜੇ ਉੱਥੇ ਦੇ ਮੁਲਾਜ਼ਮ ਨੇ ਉਹਨਾਂ ਨਾਲ ਕੋਈ ਆਪਣਾ ਹਿਸਾਬ ਕਿਤਾਬ ਕਰਦੇ ਸੀਗੇ, ਅਤੇ ਇੱਕ ਲੇਡੀਜ਼ ਹੈ ਅਮਨਦੀਪ ਕੌਰ, ਉਹਨੇ ਇਹਨਾਂ ਦੇ ਪਿਸਟਲ ਨਾਲ ਹੀ ਉਹਨੂੰ ਗੋਲੀ ਮਾਰੀ ਅਤੇ ਉਹਦਾ ਕਤਲ ਕਰ। ਪਿਸਟਲ ਇਹਨਾਂ ਦਾ ਯੂਜ ਕੀਤਾ ਗਿਆ ਜੀ? ਇਹਨਾਂ ਦਾ ਹੀ ਯੂਜ ਕੀਤਾ ਗਿਆ। ਸਰ ਇਹ ਜਿੰਨੇ ਗੋਲੀ ਮਾਰੀ ਉਹ ਇੱਕ ਜਣਾ ਸੀ ਜਾਂ ਹੋਰ ਵੀ ਜਾਣੇ ਹੈ? ਅਜੇ ਤੱਕ ਤਾਂ ਇੱਕ ਹੀ ਪਤਾ ਲੱਗਾ, ਬਾਕੀ ਉਹ CCTV ਫੁਟੇਜ ਦੇਖ ਕੇ ਜਿਹੜੇ ਆ ਘੰਘਾਲ ਰਹੇ ਹੈ। ਕੋਈ CCTV ਫੁਟੇਜ ਜਾਂ DVR ਕੋਈ ਲਿਆ ਗਿਆ ਕਬਜ਼ੇ ਵਿੱਚ? ਤਾਂ ਉੱਥੇ ਉਹ ਚੈੱਕ ਕਰ ਰਹੇ ਹਾਂ, ਉੱਥੇ ਹੈ ਨਹੀਂ ਸੀ ਕੋਈ, ਸਾਰੇ ਮੁਲਾਜ਼ਮ ਇੱਥੇ ਆ ਗਏ ਸੀਗੇ। ਹੁਣ ਜਾ ਕੇ ਸਰ ਵੈਪਨ ਰਿਕਵਰ ਹੋਇਆ ਆਪਣਾ ਜੀ? ਨਹੀਂ, ਅਜੇ ਵੈਪਨ ਨਾਲ ਹੀ ਲੈ ਕੇ ਭੱਜ ਗਏ। ਕੋਈ ਰੰਜਿਸ਼ ਪਤਾ ਲੱਗੀ ਸਰ ਕਿਸ ਰੰਜਿਸ਼? ਨਹੀਂ, ਅਜੇ ਇਹਦੇ ਬਾਰੇ ਕੁਛ ਨਹੀਂ ਪਤਾ ਲੱਗਿਆ, ਕਿਉਂਕਿ ਉਹ ਪਰਿਵਾਰ ਵਾਲੇ ਆ ਉਹ ਥੋੜ੍ਹਾ ਜਿਹਾ ਹਜੇ ਹੋਸਪਿਟਲ 'ਚ ਨੇ, ਉਹਨਾਂ ਨੂੰ ਹੁਣ ਮਿਲ ਕੇ ਹੀ ਸਾਰੀ ਗੱਲ ਦਾ ਪਤਾ ਲੱਗਾ। ਠੀਕ ਹੈ ਸਰ।